ਕੀ ਹੈ ਕਿੱਦਾਂ ਹਾਲ ਚਾਲ ਤੁਹਾਡੇ ਸਾਰਿਆਂ ਦਾ ਅਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਡਿਸਕਵਰ ਵਿਸ਼ਵਮ 'ਚ ਅਤੇ ਮੈਂ ਸੋਚਿਆ ਅੱਜ ਸੰਡੇ ਸੀਗਾ ਤੁਹਾਨੂੰ ਪਤਾ ਮੈਂ ਸੰਡੇ ਨੂੰ ਹੀ ਹਰੇ ਸਾਰੇ ਪਾਸੇ ਜਾਂਦਾ ਹੁੰਦਾ ਘੁੰਮਣ ਵਾਸਤੇ ਅਤੇ ਅੱਜ ਮੈਂ ਘੁੰਮਣ ਵਾਸਤੇ ਆਇਆ ਹੋਇਆ ਆਹ ਪ੍ਰਾਚੀਨ ਮੰਦਰ ਮੈਂ ਦੱਸ ਦਿੰਦਾ ਕਿੱਥੇ ਹੈਗਾ ਇਹ ਹੈਗਾ ਹਿਮਾਚਲ 'ਚ ਹਿਮਾਚਲ 'ਚ ਜ਼ਿਲ੍ਹਾ ਪੈਂਦਾ ਨਦੌਣ ਨਦੌਣ ਵਿੱਚ ਹੈਗਾ ਇਹ ਮੰਦਰ ਪਹਿਲਾਂ ਇਹਨੂੰ ਕਹਿੰਦੇ ਇਹ ਪ੍ਰਾਚੀਨ ਮੰਦਰ ਨੂੰ ਕਹਿੰਦੇ ਨੇ ਮਾਂ ਕਲੇਸ਼ਵਰ ਮੰਦਰ ਠੀਕ ਹੈ ਇਹ ਕਾਫੀ ਪੁਰਾਣਾ ਮੰਦਰ ਹੈ ਯਾਨੀ ਕਿ ਸ਼ਾਇਦ 1500 ਸਾਲ ਇਸ ਤੋਂ ਵੀ ਸ਼ਾਇਦ ਪੁਰਾਣਾ ਹੋ ਸਕਦਾ ਮੈਨੂੰ ਬਹੁਤ ਹੀ ਜਾਣਕਾਰੀ ਨਹੀਂ ਗੀ ਤੁਸੀਂ ਆ ਕੇ ਖੁਦ ਵਿਜ਼ਿਟ ਕਰਕੇ ਦੇਖ ਲਿਓ ਇਹ ਮੰਦਰ ਅੱਜ ਮੌਸਮ ਬਹੁਤ ਸੁਹਾਨਾ ਗਾ ਅਤੇ ਅੱਜ ਬਾਰਿਸ਼ ਵੀ ਪੈ ਰਹੀ ਸੀ ਰਸਤੇ ਵਿੱਚ ਤਾਂ ਅਸੀਂ ਚੱਲ ਗਏ ਸੀ ਕਾਫੀ ਅੱਗੇ ਯਾਨੀ ਕਿ ਰੋਂਗ ਰਸਤੇ ਵਿੱਚ ਹੀ ਪੈ ਗਏ ਸੀਗੇ ਫਿਰ ਲੋਕਾਂ ਤੋਂ ਅਸੀਂ ਪੁੱਛ ਪੁਛਾ ਕੇ ਪੁੱਜੇ ਇੱਥੇ ਤਾਂ ਮੀਂਹ ਵੀ ਪੈ ਰਿਹਾ ਸੀਗਾ ਉੱਥੇ ਕਿੰਨੀਆਂ ਕੁ ਤਾਂ ਜਿੱਥੋਂ ਮੈਂ ਆਇਆ ਸੀ ਉੱਥੇ ਉਹ ਸ਼ਹਿਰ ਵਿੱਚ ਤਾਂ ਅੱਜ ਕਾਫੀ ਤੇਜ਼ ਮੀਂਹ ਪੈ ਰਿਹਾ ਸੀ ਮੰਮੀ ਦੇ ਫੋਨ ਆਈ ਜਾਂਦੇ ਸੀ ਮੈਨੂੰ ਵਾਰ ਵਾਰ ਤਾਂ ਇਹ ਦੇਖੋ ਅੱਜ ਇੱਥੇ ਕਹਿੰਦੇ ਆ ਪਿੱਛੇ ਦੇਖੋ ਅੱਜ ਦਿਖਾਓ ਇਹਨਾਂ ਨੂੰ ਮਿੱਤਰਾਂ ਨੂੰ ਕਿੰਨਾ ਵਧੀਆ ਮੌਸਮ ਹੈ ਹਵਾ ਤਾਂ ਇੱਕ ਬੂੰਦ ਨਹੀਂ ਚੱਲਦੀ ਪਈ ਹੈਗੀ ਆ ਪਰ ਮੌਸਮ ਵਧੀਆ ਗਾ ਅਤੇ ਇੱਥੇ ਕਹਿੰਦੇ ਅੱਜ ਪਾਣੀ ਵੀ ਬਹੁਤ ਜ਼ਿਆਦਾ ਆਇਆ ਚੋ ਦੇ ਵਿੱਚ ਪਹਿਲਾਂ ਇੰਨਾ ਹੁੰਦਾ ਨਹੀਂ ਸੀ ਉਹ ਜਿਹੜੀ ਪਟਖੰਡੀ ਜੀ ਉਹਦੇ ਪਿੱਛੇ ਪਾਣੀ ਆਉਂਦਾ ਹੁੰਦਾ ਸੀ ਇੱਥੋਂ ਨਹੀਂ ਆਉਂਦਾ ਹੁੰਦਾ ਸੀ ਪਾਣੀ ਜ਼ੂਮ ਕਰਕੇ ਦਿਖਾ ਦਿਓ ਸਾਡੇ ਯੂਟਿਊਬਰਸ ਨੂੰ ਤਾਂ ਮੇਰੇ ਨਾਲ ਆਏ ਹੋਏ ਨੇ ਹੈਲੋ ਹੈਲੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਨਾ ਇੰਨਾ ਤਾਂ ਪਤਾ ਹੀ ਹੈ ਹੁਣ ਹਾਂਜੀ ਇੱਕ ਗੱਲ ਤਾਂ ਮੌਸਮ ਬੜਾ ਵਧੀਆ ਹੈ ਇੱਥੇ ਦਾ ਚਲੋ ਦਿਖਾਓ ਫਿਰ ਸ਼ਿਵਮ ਜੀ ਤਾਂ ਇਹ ਹੈਗਾ ਮਾਂ ਕਲੇਸ਼ਵਰ ਮੰਦਰ ਅਤੇ ਆਹ ਇਹ ਮਾਂ ਕਲੇਸ਼ਵਰ ਮੰਦਰ ਦੇਖ ਲਓ ਚੰਗੀ ਤਰ੍ਹਾਂ ਤੁਹਾਨੂੰ ਇੱਧਰ ਵੀ ਦਿਖਾ ਦਿੰਦਾ ਮੈਂ ਹਾਂ ਦੇਖੋ ਮੌਸਮ ਤਾਂ ਬਹੁਤ ਵਧੀਆ ਅੱਜ ਆਹ ਦੇਖ ਲਓ ਮੰਦਰ ਕਾਫੀ ਪ੍ਰਾਚੀਨ ਹੈ ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਸ਼ਾਇਦ ਨਾ ਆਉਂਦੀ ਹੋਵੇ ਇੱਥੇ ਉੱਪਰ ਵੀ ਦਿਖਾ ਲੈਂਦਾ ਤੁਹਾਨੂੰ ਮੈਂ ਕਿੱਧਰ ਦਿਖਦਾ ਥੱਲਿਓ ਝਾੜੀਆਂ ਕਰਕੇ ਦਿਸਿਆ ਨਹੀਂ ਕਰਦਾ ਕੁਛ ਹੋਰ ਪਾਸੇ ਜਾਣਾ ਪੈਣਾ ਅੱਜ ਮੰਦਰ 'ਚ ਰਸ਼ ਪਹਿਲਾਂ ਤਾਂ 2 ਮਿੰਟ ਪਹਿਲਾਂ ਆਏ ਸੀਗੇ ਤਾਂ ਰਸ਼ ਨਹੀਂ ਸੀਗਾ ਇੰਨਾ ਹੁਣ ਦੇਖੋ ਰਸ਼ ਹੀ ਰਸ਼ ਪੈ ਗਿਆ ਪਰੇ ਤੱਕ ਲਾਈਨਾਂ ਲੱਗੀਆਂ ਹੋਈਆਂ ਇਹਦੇ ਅੰਦਰ ਹੀ ਉਹ ਸ਼ਿਵਲਿੰਗ ਜਿਹਨੂੰ ਪ੍ਰਾਚੀਨ ਸ਼ਿਵਲਿੰਗ ਕਹਿ ਦਿੰਦੇ ਨੇ ਸਾਨੂੰ ਬੈਕ ਸਾਈਡ ਤੋਂ ਵੀ ਦਿਖਾਉਂਦੇ ਮੰਦਰ ਕਿੱਦਾਂ ਦਾ ਹੈਗਾ ਤਾਂ ਤੁਸੀਂ ਮੰਦਰ ਦੇਖ ਹੀ ਲਿਆ ਹੋਣਾ ਫਰੰਟ ਤੋਂ ਤਾਂ ਤੁਸੀਂ ਮੰਦਰ ਦੇਖ ਹੀ ਲਿਆਉਣਾ ਇਹ ਉੱਪਰ ਵੀ ਦੇਖ ਲਓ ਗੁੰਬਦ ਇਹ ਅੱਜ ਕੱਲ੍ਹ ਦੀ ਟਾਈਮ ਦੀ ਟੈਕਨੋਲੋਜੀ ਗੀ ਜਿਹਨੂੰ ਕਹਿੰਦੇ ਨੇ ਇੰਡੀਅਨ ਟੈਕਨੋਲੋਜੀ ਅਤੇ ਬਾਹਰੋਂ ਵੀ ਤੁਹਾਨੂੰ ਦਿਖਾ ਦਿੰਦੇ ਮੰਦਰ ਜਾ ਕੇ ਅਤੇ ਇੱਕ ਮਿੰਟ ਰੁਕੋ ਮੇਰੇ ਇਨਕੋ ਮੈਨੇ ਬੋਲਾ ਥਾ ਕਿ ਰੁਕ ਜਾਈਏ ਇਹਨਾਂ ਨੇ ਵੋ ਵੀਡੀਓ ਹੀ ਬੰਦ ਕਰ ਦੀ ਤੋ ਮੈਂ ਆਪਕੋ ਸੋਰੀ ਕਹਿਤਾ ਹੂੰ ਅੰਦਰ ਸੇ ਮੈਂ ਆਪਕੋ ਸ਼ਿਵਲਿੰਗ ਤੋਂ ਨਹੀਂ ਦਿਖਾ ਸਕਤਾ ਕਿਉਂਕਿ ਰਸ਼ ਬਹੁਤ ਜ਼ਿਆਦਾ ਪੜ ਗਿਆ ਹੈ ਉਹ ਸੋਰੀ ਹਿੰਦੀ ਬੋਲ ਗਿਆ ਮੈਂ ਅੰਦਰ ਰਸ਼ ਬੜਾ ਪੈ ਗਿਆ ਹੋਇਆ ਇਸ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਅੰਦਰ ਤਾਂ ਮੈਂ ਤੁਹਾਨੂੰ ਮੰਦਰ ਦੀ ਫਰੰਟ ਜ਼ਰੂਰ ਦਿਖਾ ਦਿੰਦਾ ਆ ਜਾਓ ਬਾਹਰ ਤੁਹਾਨੂੰ ਮੈਂ ਉੱਧਰ ਵੀ ਲੈ ਕੇ ਜਾਂਦਾ ਜਿੱਧਰ ਇਹ ਸ਼ਾਇਦ ਨਦੀ ਪੈਂਦੀ ਇੱਧਰੋਂ ਬਾਹਰ ਨਿਕਲ ਕੇ ਮੰਦਰ ਦੇ ਚਲੋ ਸਤਿ ਸ਼੍ਰੀ ਅਕਾਲ ਮਾਈਕ ਥੈਂਕ ਯੂ
संत स्थान इस तीर्थ स्थान के ऊपर जो गंगा के समान ये तीर्थ स्थान है, बड़े सौभाग्य से ही तीर्थ स्थानों के ऊपर भगवान जी की कथा श्रवण करने को मिलती है। अपने घर में जो कथा होती है वो भी यूं ही मिल जाएंगे, पता नहीं एक साल से इंतजार करते रहते हैं और ये साल के बाद 2 दिन 7 दिन 8 दिन 9 दिन ना जाने यूं ही बीत जाते हैं। जब बीत जाएंगे आप सोचेंगे पता ही, बस यही पता है, अच्छे दिनों का पता नहीं चलता, बुरे दिन खत्म नहीं होते, समझ लो। प्रणाम ओ सामने आया सी इधर ते ओ सामने हैगा माँ कलेश्वर मंदिर, तुम देख सकते हो। अज तुम शायद आवाज़ मेरी ना आवे क्योंकि इधर जगराता हो रहा, तो आ देखो थले व्यू देखो कितना शानदार है। मेरा तो मन करता पाया कि की बोलना चाहते मैं बोलना चाहता कि इतने आप बोट लैके रह नहीं ला पीए घूमिए, इतने बोटिंग भी नहीं होंगी है ना, इतने बोट तो नहीं चलती। मेरा तो मन करता सीगा नहा लीए पर घर जाने की कोई ज्यादा काली इस करके नहाना नहीं है। चलो शुभम जी इनको अभी मेन गेट दिखा देते हैं, उसके बाद घर चलते हैं। 7 बज गए हैं शाम के और अभी पता नहीं कितने घंटे, 3-4 घंटे लग जाएंगे या 2.5-3 घंटे इतना लग ही जाएगा। चलो इनको दिखा देता हूँ। चलो तो आपने मंदिर का फ्रंट देख ही लिया होगा, तो इसी के साथ वीडियो को मैं ख़त्म करते हुए मेरे चैनल को सब्सक्राइब कर दीजिएगा, वीडियो को शेयर करिएगा और अपने दोस्तों को भी दिखाइएगा अगर वीडियो को अच्छा लगा, और कमेंट भी करिएगा वीडियो के नीचे और बताइएगा कि आपको ये वीडियो कैसी लगी। तो इसी के साथ आपसे अलविदा लेता हूँ, वीडियो को देखने के लिए थैंक यू, धन्यवाद, नमस्ते। बंद कर दे।